ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਈ ਕਿਸਾਨਾਂ ਨੇ ਕਟਰਾ ਦਿੱਲੀ ਐਕਸਪ੍ਰੈਸ ਵੇ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜ਼ਮੀਨ ਅਕੁਆਇਰ ਨਾ ਕਰਨ ਦੇਣ ਦਾ ਐਲਾਨ ਕੀਤਾ। ਅਸੀਂ ਕਾਨੂੰਨੀ ਮਾਹਿਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ ਲਈ ਜ਼ਮੀਨ ਅਕੁਆਇਰ ਕਰਨ ਸੰਬੰਧੀ ਕਾਨੂੰਨ ਕੀ ਕਹਿੰਦਾ। ਦੇਖੋ 1894 ਦਾ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਐਕਟ, ਲੈਂਡ ਐਕੁਜ਼ੀਸ਼ਨ ਐਕਟ, ਉਹ 2013 ਤੱਕ ਚੱਲਦਾ ਰਿਹਾ ਔਰ ਉਹਦੇ ਮੁਤਾਬਿਕ ਕੋਈ ਵੀ ਪਬਲਿਕ ਪਰਪਸ ਲਈ ਸਰਕਾਰ ਅਕੁਆਇਰ ਕਰ ਸਕਦੀ ਸੀ ਤਾਂ ਕੰਪਨਸੇਸ਼ਨ ਦੇਣਾ ਪੈਂਦਾ ਸੀ। 2013 ਦੇ ਵਿੱਚ ਇੱਕ ਸੋਹਣਾ ਐਕਟ ਬਣਾਇਆ ਸੀ ਕਾਂਗਰਸ ਗਵਰਨਮੈਂਟ ਨੇ, ਉਹਦਾ ਨਾਮ ਦੇ ਦਿੱਤਾ ਇਹਨਾਂ ਨੇ ਦਾ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਜ਼ੀਸ਼ਨ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013। ਇਹਦੇ ਵਿੱਚ ਉਹਨਾਂ ਨੇ ਰੀਹੈਬਿਲਿਟੇਸ਼ਨ ਦੀ ਪ੍ਰੋਵੀਜ਼ਨ ਪਾਈ, ਰੀਸੈਟਲਮੈਂਟ ਦੀ ਪਾਈ, ਇਹਦੇ ਵਿੱਚ ਉਹਨਾਂ ਨੇ ਪ੍ਰੋਵੀਜ਼ਨ ਪਾਈ ਕਿ ਉੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀਜ਼ ਹੋਣਗੀਆਂ, ਤੁਸੀਂ ਇਮੀਡੀਏਟਲੀ ਅਕਵਾਇਰ ਨਹੀਂ ਕਰ ਸਕਦੇ, ਫਿਰ ਤੁਹਾਨੂੰ ਗ੍ਰਾਮ ਸਭਾ ਨੂੰ ਦੱਸਣਾ ਪਏਗਾ। ਉਹਨਾਂ ਨੇ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਲ ਲਈ ਬੜੀਆਂ ਸੋਹਣੀਆਂ ਪ੍ਰੋਵੀਜ਼ਨਸ ਕੀਤੀਆਂ। ਅਤੇ ਜੇ ਜਿਹੜੀ ਜਿਹੜੀ ਹੈਗੀ ਐਗਰੀਕਲਚਰ ਲੈਂਡ ਐਂਡ ਇਰੀਗੇਟਡ ਐਗਰੀਕਲਚਰ ਲੈਂਡ, ਉਹ ਲਾਸਟ ਰਿਜ਼ੋਰਟ ਹੋਏਗੀ, ਜੇ ਕੋਈ ਹੋਰ ਆਲਟਰਨੇਟਿਵ ਐਗਜ਼ਿਸਟ ਕਰਦਾ ਹੋਏਗਾ ਤਾਂ ਉਹਨੂੰ ਅਕਵਾਇਰ ਨਹੀਂ ਕੀਤਾ ਜਾਏਗਾ। ਉਸ ਤੋਂ ਬਾਅਦ ਫਿਰ ਪ੍ਰੋਸੀਜਰ ਹੈ ਕਿ ਕਲੈਕਟਰ ਹੈ, ਫਿਰ ਅਥਾਰਟੀ ਬਣਾਈ ਇਹਨਾਂ ਨੇ, ਅਤੇ ਫਿਰ ਉਹਦੀ ਅਪੀਲ ਵੀ ਹਾਈਕੋਰਟ ਹੁੰਦੀ ਹੈ, ਅਤੇ ਉਸ ਹਿਸਾਬ ਨਾਲ ਅਤੇ ਫਿਰ ਇੱਕ ਰੀਸੈਟਲਮੈਂਟ ਪੋਲਿਸੀ ਬਣਾਈ ਕਿ ਜੇ ਬੰਦੇ ਜਿਹਨਾਂ ਕੋਲ ਥੋੜ੍ਹਾ ਬਹੁਤਾ ਲੈਂਡ ਹੈ ਉਹ ਕਿਸੇ ਤਰੀਕੇ ਨਾਲ ਗੁਜ਼ਾਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਸਰਕਾਰ ਰੀਸੈਟਲ ਕਰੇਗੀ, ਉਹਨਾਂ ਦੇ ਸਾਰੇ ਹੱਕ ਰੀਸੈਟਲਡ ਪੋਲਿਸੀ ਵਿੱਚ ਉਹਨਾਂ ਨੇ ਰੱਖੇ। ਸਰਕਾਰ ਕੋਲ ਜਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕੋਲ ਇਸ ਸੈਕਟਰ ਦੇ ਤਹਿਤ ਕੀ ਰਾਈਟਸ ਨੇ? ਉਹਨਾਂ ਨੇ ਤਾਂ ਨੋਟੀਫਿਕੇਸ਼ਨ ਕਰਨੀ ਹੈ, ਉਹਨਾਂ ਨੇ ਆਪਣਾ ਪਲਾਨ ਬਣਾਉਣਾ, ਉਹਨਾਂ ਨੋਟੀਫਿਕੇਸ਼ਨ ਕਰਨੀ ਕਿ ਸਾਨੂੰ ਇਹ ਲੈਂਡ ਚਾਹੀਦਾ, ਉਹ ਪਬਲਿਸ਼ ਕਰ ਦੇਣਗੇ ਅਤੇ ਉਹਨਾਂ ਕੋਲ ਉਹਨਾਂ ਪੈਸਾ ਚਾਹੀਦਾ ਜਿੰਨਾ ਉਹ ਦੇ ਸਕਦੇ ਹੈ। ਉਸ ਤੋਂ ਬਾਅਦ ਤਾਂ ਪ੍ਰੋਸੀਜਰ ਹੈ, ਉਸ ਤੋਂ ਬਾਅਦ ਉਹ ਐਕਸਪਰਟਸ ਨੂੰ ਬਿਠਾਉਣਗੇ, ਸੋਸ਼ਲ ਇੰਪੈਕਟ ਕਰਨਗੇ, ਸਟੱਡੀਜ਼ ਕਰਨਗੇ ਕਿ ਇੱਕੋ ਹੀ ਤਰੀਕਾ ਹੈ, ਔਰ ਉਸ ਤੋਂ ਬਾਅਦ ਉਹ ਰੂਟ ਲੱਭਣਗੇ ਜਿਹੜਾ ਜਿਹਦੇ ਸਭ ਤੋਂ ਘੱਟ ਉਪਜਾਊ ਲੈਂਡ ਹੋਵੇ। ਫਿਰ ਉਹ ਪਾਰਟੀਜ਼ ਨੂੰ ਓਨਰਸ ਨੂੰ ਲਿਸਟ ਕਰਕੇ ਪੂਰੀ ਸਕੀਮ ਬਣਾ ਕੇ ਨੋਟਿਸ ਦੇਣਗੇ ਹਰ ਬੰਦੇ ਨੂੰ, ਪਿੰਡ ਦੇ ਨੂੰ ਵੀ, ਤਾਂ ਜਿਹੜਾ ਓਨਰ ਵੀ ਹੈਗਾ, ਜਿਹੜਾ ਮਾਰਜਨ ਜਿਹੜਾ ਉਹਦਾ ਟੈਨੈਂਟ ਹੈ ਉਹਨੂੰ ਵੀ ਦਿੱਤਾ ਜਾਏਗਾ। ਫਿਰ ਸਭ ਨੂੰ ਕੰਪਨਸੇਸ਼ਨ ਦਿੱਤੀ ਜਾਏਗੀ, ਉਸ ਤੋਂ ਬਾਅਦ ਪੋਜੈਸ਼ਨ ਦਿੱਤਾ ਲੈਣਗੇ। ਸੜਕ ਬਣਾਉਣ ਲਈ ਗਵਰਨਮੈਂਟ ਅਕੁਆਇਰ ਕਰ ਸਕਦੀ ਹੈ ਕਿਉਂਕਿ ਇਹ ਕਲੀਅਰਲੀ ਨੈਸ਼ਨਲ ਇਨਫਰਾਸਟ੍ਰਕਚਰ ਪ੍ਰੋਜੈਕਟ ਹੈ। ਇਹਦੇ ਵਿੱਚ ਕੋਈ ਕਿਸਾਨ ਇਹ ਨਹੀਂ ਕਹਿ ਸਕਦਾ ਕਿ ਮੇਰੀ ਜ਼ਮੀਨ ਨੂੰ ਨਾ ਲਿਆ ਜਾਏ। ਜਿਵੇਂ ਤੁਸੀਂ ਦੱਸਿਆ ਕਿ ਕਿਸਾਨ ਮਨਾ ਨਹੀਂ ਕਰ ਸਕਦਾ ਜ਼ਮੀਨ ਦੇਣ ਤੋਂ, ਹੈ ਨਾ, ਤੇ ਫਿਰ ਕੀ ਰਾਈਟਸ ਨੇ ਜਿਹੜਾ ਲੈਂਡ ਓਨਰ? ਰਾਈਟਸ ਹੈ ਕਿ ਉਹਨਾਂ ਨੂੰ ਪਹਿਲੇ ਤਾਂ ਉਹ ਇਨਸਿਸਟ ਕਰੇਗਾ ਕਿ ਤੁਸੀਂ ਸੋਸ਼ਲ ਇੰਪੈਕਟ ਸਟੱਡੀਜ਼ ਕਰੋ। ਕਿਸਾਨ ਇਹ ਵੀ ਦੱਸ ਸਕੇ ਉੱਥੇ ਇੱਕ ਨਵਾਂ ਰਸਤਾ ਹੈਗਾ, ਤੁਸੀਂ ਉੱਥੋਂ ਲੈ ਲਓ, ਜ਼ਮੀਨ ਉਪਜਾਊ ਨਹੀਂ ਹੈ, ਉਹ ਬੰਜਰ ਜ਼ਮੀਨ ਹੈ, ਤੁਸੀਂ ਉੱਥੇ ਲੈ ਲਓ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰਲ ਰਾਈਟਸ ਬਹੁਤ ਵੱਧ ਗਿਆ, ਕੰਪਨਸੇਸ਼ਨ ਡਬਲ ਮਿਲੇਗੀ ਜਿਹੜੀ ਪਹਿਲਾਂ ਸਿਰਫ ਇੱਕ ਬਹੁਤ ਘੱਟ ਮਿਲਦੀ ਸੀ। ਸੋ ਜਿਹੜੇ ਪ੍ਰੋਸੀਜਰਲ ਰਾਈਟ ਹੈ, ਬਟ ਜਿੱਥੇ ਨੈਸ਼ਨਲ ਹਾਈਵੇ ਹੈ, ਜਿੱਥੇ ਡਿਫੈਂਸ ਪ੍ਰੋਜੈਕਟ ਹੈ, ਉੱਥੇ ਕੰਪਲਸਰੀ ਐਕੁਜ਼ੀਸ਼ਨ ਹੋ ਸਕਦੀ ਹੈ। ਸੋ ਨੈਸ਼ਨਲ ਹਾਈਵੇ ਸਰਟਨਲੀ ਉਹੋ ਜਿਹਾ ਪ੍ਰੋਜੈਕਟ ਹੈ ਜਿੱਥੇ ਕੰਪਲਸਰੀ ਐਕੁਜ਼ੀਸ਼ਨ ਹੋ ਸਕਦੀ ਹੈ ਐਂਡ ਕਿਸਾਨ ਦੀ ਜ਼ਬਰਦਸਤੀ ਲਈ ਜਾ ਸਕਦੀ ਹੈ। ਇਹ ਐਕਟ ਸਿਰਫ ਉਹਨਾਂ ਨੂੰ ਕੰਪਨਸੇਸ਼ਨ ਜਾ ਦਿੰਦਾ, ਉਹਨਾਂ ਨੂੰ ਰੀਹੈਬਿਲਿਟੇਸ਼ਨ ਦੇ ਮੌਕੇ ਦਿੰਦਾ ਤੇ ਉਹ ਜ਼ਮੀਨ ਦੇ ਬੰਦੇ ਜ਼ਮੀਨ ਲੈਣ ਨੇ ਵੀ ਇਨਸਿਸਟ ਕਰ ਸਕਦੇ। ਸੋ ਸਾਡਾ ਕਿਸਾਨਾਂ ਦਾ ਹੱਕ ਇਹ ਹੈ ਕਿ ਵਿਦਾਊਟ ਡਿਊ ਕੰਪਨਸੇਸ਼ਨ ਐਂਡ ਵਿਦਾਊਟ ਡਿਊ ਰੀਸੈਟਲਮੈਂਟ ਐਂਡ ਰੀਹੈਬਿਲਿਟੇਸ਼ਨ ਉਹ ਉਹਨਾਂ ਦਾ ਲੈਂਡ ਨਹੀਂ ਲੈ ਸਕਦੇ। ਅਦਰਵਾਈਜ਼ ਕੰਪਲਸਰੀ ਐਕੁਜ਼ੀਸ਼ਨ ਹਰ ਕੰਟਰੀ 'ਚ ਹੈਗਾ ਔਰ ਸਾਡੇ ਕੰਟਰੀ 'ਚ ਉਹੋ ਜਿਹਾ ਲਾਅ ਹੈਗਾ। ਜਿਵੇਂ ਕਈ ਫਾਰਮਰਸ ਕਹਿ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਿ ਅਸੀਂ ਕਟਰਾ ਦਿੱਲੀ ਐਕਸਪ੍ਰੈਸ ਵੇ ਦੇ ਲਈ ਆਪਣੀ ਲੈਂਡ ਨਹੀਂ ਦੇਣੀ, ਹੈ ਨਾ, ਤੇ ਹੁਣ ਕੀ ਹੋ ਸਕਦਾ ਇਸ ਸਿਨੈਰੀਓ ਦੇ ਵਿੱਚ, ਲੀਗਲੀ ਕੀ ਹੋ ਸਕਦਾ? ਲੀਗਲੀ ਹੈ ਕਿ ਤੁਸੀਂ ਹਰ ਜਿਹੜਾ ਵੀ ਸਟੈਪ, ਪਹਿਲਾਂ ਤਾਂ ਸੋਸ਼ਲ ਜਿਹੜੀ ਇੰਪੈਕਟ ਅਸੈਸਮੈਂਟ ਉਹਦੇ 'ਚ ਵੱਧ ਚੜ੍ਹ ਕੇ ਤੁਸੀਂ ਓਬਜੈਕਸ਼ਨ ਫਾਈਲ ਕਰੋਗੇ, ਫਿਰ ਤੁਸੀਂ ਇਮੀਡੀਏਟਲੀ ਜਿਹੜੀ ਆਪਣੀ ਕੰਪਨਸੇਸ਼ਨ ਕਲੇਮਸ ਕਰੋਗੇ, ਤੁਸੀਂ ਇਨਸਿਸਟ ਕਰੋਗੇ ਕਿ ਸਾਨੂੰ ਲੈਂਡ ਦੀ ਜਗ੍ਹਾ ਲੈਂਡ ਹੀ ਮਿਲੇ ਔਰ ਸਰਕਾਰ ਕੋਲ ਅੱਜ ਕੱਲ੍ਹ ਲੈਂਡ ਹੈ ਨਹੀਂ,
ਸੋ ਇਸ ਤਰ੍ਹਾਂ ਚਾਹੇ ਪ੍ਰੋਸੀਜਰ ਰਾਈਟ ਹੈ ਚਾਹੇ ਟੈਕਨੀਕਲੀ ਉਹ ਸਿੱਧਾ ਨਾ ਨਹੀਂ ਕਰ ਸਕਦੇ ਬਟ ਇਨਡਾਇਰੈਕਟਲੀ ਪ੍ਰੋਸੈਸ ਨੂੰ ਬਹੁਤ ਡਿਲੇ ਕਰ ਸਕਦੇ ਨੇ, ਉਹ ਅਪੀਲਾਂ ਪਾ ਸਕਦੇ ਨੇ, ਫਿਰ ਉਹ ਅਲਟੀਮੇਟਲੀ ਡਾਇਰੈਕਟ ਐਕਸ਼ਨ ਹੁੰਦਾ ਹੈ ਐਕੁਜ਼ੀਸ਼ਨ ਕਰਨ ਲਈ ਜਾਂ ਅਕਵਾਇਰ ਕਰਨ ਲਈ, ਤੁਹਾਨੂੰ ਫੋਰਸ ਚਾਹੀਦੀ ਹੈ, ਪੋਜੈਸ਼ਨ ਲੈਣਾ, ਫਿਰ ਕੰਸਟਰਕਸ਼ਨ ਬਣਨੀ ਹੈ। ਸੋ ਹਰ ਚੀਜ਼ ਦੇ ਵੱਡੇ ਕਿਸਾਨ ਜੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਪਿੰਡ ਦੇ ਕੋਲੋਂ ਸੜਕ ਨਿਕਲੇ, ਤਾਂ ਬਹੁਤ ਮੁਸ਼ਕਿਲ ਹੋ ਜਾਏਗਾ ਕਿਸੇ ਅਥਾਰਟੀ ਨੂੰ ਵੀ, ਤੁਸੀਂ ਫੌਜ ਨੂੰ ਲਾ ਕੇ ਤਾਂ ਸੜਕ ਨਹੀਂ ਬਣਾ ਸਕਦੇ। ਤੋ ਇਸ ਕਰਕੇ ਜੇ ਕਿਸਾਨਾਂ ਕਹਿ ਰਹੇ ਕਿ ਅਸੀਂ ਬੰਦ ਕਰ ਦਾਂਗੇ, ਅਸੀਂ ਆਪਣੀ ਜ਼ਮੀਨ ਨਹੀਂ ਦਾਂਗੇ, ਔਰ ਹਰ ਟੋਟਾ ਜ਼ਮੀਨ ਦਾ ਜੇ ਜ਼ਬਰਦਸਤੀ ਲੈਣਾ ਪਵੇ, ਤਾਂ ਇਹ ਪ੍ਰੋਸੈਸ ਜਿੱਥੇ 1 ਸਾਲ ਲੱਗਣਾ, 6 ਮਹੀਨੇ ਲੱਗਣੇ, ਤੁਹਾਡੇ 6 ਸਾਲ ਜਾਂ 16 ਸਾਲ ਲੱਗ ਸਕਦੇ। ਜਿੱਥੇ ਤੱਕ ਇਹ ਹੈ ਕਿ ਗਵਰਨਮੈਂਟ ਦਾ ਰਾਈਟ ਹੈ ਜਾਂ ਨੈਸ਼ਨਲ ਹਾਈਵੇ ਅਥਾਰਟੀ ਦਾ ਰਾਈਟ ਹੈ, ਉਹ ਰਾਈਟ ਹਾਲੇ ਵੀ ਇੰਟੈਕਟ ਹੀ ਹੈ, ਉਹ ਕੋਈ ਵੀ ਲੈਂਡ ਹਾਈਵੇ ਬਣਾਉਣ ਲਈ ਲੈ ਸਕਦਾ। ਦਿੱਲੀ ਤੋਂ ਜੰਮੂ ਦੇ ਕਟਰਾ ਤੱਕ ਤਕਰੀਬਨ 600 ਕਿਲੋਮੀਟਰ ਲੰਬਾ ਐਕਸਪ੍ਰੈਸ ਵੇ ਬਣਾਇਆ ਜਾਣਾ ਹੈ। ਭਾਰਤਮਾਲਾ ਪ੍ਰੋਜੈਕਟ ਤਹਿਤ ਇਹ ਨੈਸ਼ਨਲ ਐਕਸਪ੍ਰੈਸ ਵੇ ਬਣ ਰਿਹਾ ਹੈ, ਜੋ ਕਿ ਦਿੱਲੀ ਨੇੜੇ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਹਰਿਆਣਾ 'ਚੋਂ ਗੁਜ਼ਰਦਿਆਂ ਪੰਜਾਬ ਦੇ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ ਹੁੰਦਾ ਜੰਮੂ ਦਾਖਲ ਹੋਏਗਾ। ਇਹ ਐਕਸਪ੍ਰੈਸ ਵੇ ਅੰਮ੍ਰਿਤਸਰ ਨਾਲ ਵੀ ਜੋੜੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਐਕਸਪ੍ਰੈਸ ਵੇ ਨਾਲ ਦਿੱਲੀ ਤੋਂ ਕਟਰਾ ਦਾ ਸਫ਼ਰ 6 ਘੰਟਿਆਂ 'ਚ ਤੈਅ ਕੀਤਾ ਜਾ ਸਕੇਗਾ।